ਹਾਂਜੀ ਅੱਪਾ ਹਾਜ਼ਰਾਂ ਜੀ ਈਟੀਟੀਯੂ ਨਾ 94 ਸਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲਿਆਂ ਕਿ ਟੋਟਲ ਨੌਨ ਇਫੈਕਟਿਡ ਜਿਹੜੇ ਕੈਂਡੀਡੇਟਸ ਨੇ ਉਹ ਟੋਟਲ ਕਿੰਨੇ ਨੇ ਪੇਪਰ ਏ ਦੇ ਵਿੱਚ ਕਿੰਨੇ ਕੈਂਡੀਡੇਟਸ ਨੇ ਜਿਹੜੇ ਕਿ ਡਿਸਕਵਾਲਿਫਾਈ ਹੋਏ ਨੇ ਕੀ ਨੌਨ ਇਫੈਕਟਿਡ ਕੈਂਡੀਡੇਟਸ ਨੂੰ ਹੀ ਸਿਰਫ ਜੁਆਇਨਿੰਗ ਮਿਲੇਗੀ ਕੱਟਆਫ ਕਿੱਥੇ ਤੱਕ ਜਾ ਸਕਦੀ ਹੈ ਤਾਂ ਇਹਨਾਂ ਸਾਰੇ ਪੁਆਇੰਟਸ ਨੂੰ ਲੈ ਕੇ ਅੱਜ ਆਪਾਂ ਜਿਹੜਾ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਕੀ ਸਿਰਫ ਨੋਨ ਇਫੈਕਟਡ ਕੈਂਡੀਡੇਟਸ ਨੂੰ ਹੀ ਜੁਆਇਨਿੰਗ ਮਿਲੇਗੀ ਤਾਂ ਇਹਦੇ ਤੇ ਆਪਾਂ ਸਟੈਪ ਬਾਈ ਸਟੈਪ ਗੱਲ ਕਰਾਂਗੇ ਬਿਲਕੁਲ ਧਿਆਨ ਦੇ ਨਾਲ ਹਰੇਕ ਪੁਆਇੰਟ ਨੂੰ ਜਿਹੜਾ ਇਹ ਤਰੀਕੇ ਦੇ ਨਾਲ ਸਮਝੋ ਗੱਲ ਕਰ ਲਈ ਨੋਨ ਇਫੈਕਟਡ ਕੈਂਡੀਡੇਟਸ ਨੋਨ ਇਫੈਕਟਡ ਕੈਂਡੀਡੇਟਸ ਉਹ ਹੁੰਦੇ ਨੇ ਜਿਨ੍ਹਾਂ ਨੂੰ ਪੇਪਰ A ਕੈਨਸਲ ਹੋਣ ਜਾਂ ਨਾ ਹੋਣ ਨਾਲ ਕੋਈ ਪ੍ਰਭਾਵ ਨਹੀਂ ਪੈਣ ਲੱਗਿਆ ਠੀਕ ਹੈ ਉਹਨਾਂ ਦਾ ਭਰਤੀ ਦੇ ਵਿੱਚ ਨਾਮ ਆ ਜਾਣਾ ਹੈ ਚਾਹੇ ਪੇਪਰ ਏ ਕੈਨਸਲ ਹੋਵੇ ਚਾਹੇ ਨਾ ਹੋਵੇ ਉਹਨਾਂ ਨੂੰ ਆਪਾਂ ਨਨ ਇਫੈਕਟਿਡ ਕੈਂਡੀਡੇਟਸ ਕਹਾਂਗੇ ਠੀਕ ਹੈ ਕੀ ਸਿਰਫ ਉਹਨਾਂ ਨੂੰ ਜੋਇਨਿੰਗ ਮਿਲੇਗੀ ਦੇਖੋ ਇਸ ਪੁਆਇੰਟ ਤੇ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਹੈ ਕਿ ਇਹਦੇ ਰਿਗਾਰਡਿੰਗ ਸੀਐਮ ਲਗਾਈ ਗਈ ਸੀ ਜੋ ਕਿ ਹਾਈ ਕੋਰਟ ਵੱਲੋਂ ਜਿਹੜੀ ਐ ਡਿਸਮਿਸ ਕਰ ਦਿੱਤੀ ਗਈ ਸੀ ਕਿਉਂ ਡਿਸਮਿਸ ਕੀਤੀ ਸੀ ਕਿਉਂਕਿ ਦੇਖੋ ਆਰਡਰ ਦੇ ਵਿੱਚ ਆਇਆ ਹੈ ਕਿ ਜਿਹੜੇ ਕੈਂਡੀਡੇਟਸ ਨੇ ਜਿਹੜੇ ਨਨ ਇਫੈਕਟਿਡ ਕੈਂਡੀਡੇਟਸ ਨੇ ਉਹ ਆਪਣਾ ਪੱਖ ਰੱਖ ਸਕਦੇ ਨੇ ਹਾਈ ਕੋਰਟ ਦੇ ਵਿੱਚ ਲੇਕਿਨ ਕਿਉਂ ਡਿਸਮਿਸ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਦਾ ਫੈਸਲਾ ਹੈ ਉਹ ਆਉਣ ਵਾਲੀ 4 April ਨੂੰ ਹੀ ਲਿਆ ਜਾਏਗਾ ਕਿਉਂਕਿ ਆਲਰੇਡੀ 4 April ਤਰੀਕ ਪਈ ਹੋਈ ਸੀ ਤਾਂ ਕਰਕੇ ਜਿਹੜੀ ਇਹ ਸੀਐਮ ਹੈ ਉਹ ਡਿਸਮਿਸ ਕਰ ਦਿੱਤੀ ਗਈ ਸੀ ਕਲੀਅਰ ਹੈ ਅੱਗੇ ਆਪਾਂ ਗੱਲ ਕਰ ਲਈਏ ਕਿ ਟੋਟਲ ਕਿੰਨੇ ਕੈਂਡੀਡੇਟਸ ਨੇ ਜੋ ਕਿ ਨਾਨ ਇਫੈਕਟਿਡ ਕੈਂਡੀਡੇਟਸ ਨੇ ਤਾਂ ਦੇਖੋ ਪੂਰੀ ਭਰਤੀ ਦੇ ਵਿੱਚ ਮੋਰ ਥੈਨ 75% ਜਿਹੜਾ ਕੈਡਰ ਹੈ ਕੈਂਡੀਡੇਟਸ ਨੇ ਉਹ ਨਾਨ ਇਫੈਕਟਿਡ ਕੈਂਡੀਡੇਟਸ ਹੀ ਹੈਗੇ ਨੇ ਠੀਕ ਹੈ ਤਾਂ ਹੁਣ ਦੇਖੋ ਜੇਕਰ ਮਾਨਯੋਗ ਹਾਈ ਕੋਰਟ ਵੱਲੋਂ ਪਰਮਿਸ਼ਨ ਆਉਂਦੀ ਹੈ ਜੀ ਕਿ ਜਿਹੜੇ ਨਾਨ ਇਫੈਕਟਡ ਨੇ ਕਟੋ ਕਟ ਉਹਨਾਂ ਨੂੰ ਜੁਆਇਨਿੰਗ ਕਰਵਾ ਲਓ ਤਾਂ ਉਹ ਕਿਸ ਤਰੀਕੇ ਨਾਲ ਕਟਆਫ ਤਿਆਰ ਹੋਏਗੀ ਤਾਂ ਦੇਖੋ ਡਿਪਾਰਟਮੈਂਟ ਫੇਰ ਪ੍ਰੋਪਰ ਨਾਨ ਇਫੈਕਟਡ ਕੈਂਡੀਡੇਟਸ ਨੂੰ ਇਨਕਲੂਡ ਕਰਕੇ ਸ਼ਾਮਲ ਕਰਕੇ ਉਹਨਾਂ ਦੇ ਬਿਹਫ ਤੇ ਹੀ ਜਿਹੜਾ ਲਿਸਟ ਹੈ ਪ੍ਰਪੇਅਰ ਕਰੇਗਾ ਜੇਕਰ ਡਿਪਾਰਟਮੈਂਟ ਆਪਣੇ ਬਿਹਾਰਫ ਤੇ ਹਾਈ ਕੋਰਟ ਦੇ ਵਿੱਚ ਗੱਲ ਰੱਖਦਾ ਹੈ ਪੱਖ ਰੱਖਦਾ ਹੈ ਕਿ ਘੱਟੋ ਘੱਟ ਭਰਤੀ ਦੇ ਵਿੱਚ ਜਿਹੜੇ ਨਾਨ ਇਫੈਕਟਡ ਨੇ ਘੱਟੋ ਘੱਟ ਉਹਨਾਂ ਨੂੰ ਹੀ ਜੋਇਨਿੰਗ ਦੇ ਦਿੱਤੀ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਦੇਖੋ ਮੇਨ ਗੱਲ ਹੈ ਵੀ ਭਰਤੀ ਚੱਲੇ ਭਰਤੀ ਦਾ ਪ੍ਰੋਸੈਸ ਜਿਹੜਾ ਉਹ ਸਟਾਰਟ ਹੋਵੇ ਬਹੁਤ ਸਮੇਂ ਤੋਂ ਜਿਹੜੀ ਭਰਤੀ ਆ ਰੁਕੀ ਹੋਈ ਹੈ ਕੁਝ ਤਾਂ ਹੋਵੇ ਭਰਤੀ ਦੇ ਰਿਲੇਟਿਡ ਤਾਂ ਜੋ ਜਿਹੜੇ ਕੈਂਡੀਡਟ ਨਿਰਾਸ਼ ਹੋਏ ਬੈਠੇ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਜਿਹੜੀ ਉਮੀਦ ਦੀ ਕਿਰਨ ਉਹ ਦੇਖਣ ਨੂੰ ਮਿਲੇ ਗੱਲ ਕਰ ਲਈਏ ਕਿ ਕੀ ਇਹ ਪੋਸੀਬਲ ਹੈਗਾ ਕਿ ਸਿਰਫ ਨਾਨ ਇਫੈਕਟਡ ਕ ਕੋ ਤਿੰਨ ਤਰੀਕੇ ਨਾਲ ਗੱਲ ਕਰੀਏ ਤਿੰਨ ਜਣੇ ਨੇ ਆਪਣੇ ਕੋਲ ਡਿਪਾਰਟਮੈਂਟ ਹੈ ਵਕੀਲ ਹੈ ਸਰਕਾਰ ਹੈ ਜੇਕਰ ਡਿਪਾਰਟਮੈਂਟ ਜੋ ਵਕੀਲ ਕਿਤੇ ਨੇ ਉਹ ਤੇ ਜਿਹੜੀ ਸਰਕਾਰ ਹੈ ਜੇਕਰ ਤਿੰਨਾਂ ਦੀ ਇੱਕੋ ਮੰਗ ਹੋਵੇ ਮਾਨਯੋਗ ਹਾਈ ਕੋਰਟ ਤੋਂ ਕਿ ਹਾਂ ਸਿਰਫ ਔਰ ਸਿਰਫ ਸਾਨੂੰ ਨੋਨ ਇਫੈਕਟਿਡ ਕੈਂਡੀਡੇਟਸ ਨੂੰ ਹੀ ਜੁਆਇਨਿੰਗ ਕਰਵਾਉਣ ਦੀ ਪਰਮਿਸ਼ਨ ਦੇ ਦਿੱਤੀ ਜਾਵੇ ਤਾਂ ਬਿਲਕੁਲ ਇਹ ਪਰਮਿਸ਼ਨ ਮਿਲ ਸਕਦੀ ਹੈ ਤੇ ਸਿਰਫ ਨੋਨ ਇਫੈਕਟਿਵ ਨੂੰ ਵੀ ਜੁਆਇਨਿੰਗ ਜਿਹੜੀ ਆ ਪਹਿਲਾਂ ਕਰਵਾ ਸਕਦੇ ਨੇ ਕਲੀਅਰ ਹੈ ਤਾਂ ਹੁਣ ਜੇਕਰ ਇਹ ਗੱਲ ਕਹੀ ਜਾ ਰਹੀ ਹੈ ਕਿ ਹਾਂ ਸਿਰਫ ਨੋਨ ਇਫੈਕਟਿਡ ਨੂੰ ਜੁਆਇਨਿੰਗ ਮਿਲੇਗੀ ਤਾਂ ਉਹ ਜਿਹੜੇ ਕੈਡਰ ਜਿਹੜੇ ਕੈਂਡੀਡੇਟਸ ਪਿੱਛੇ ਰਹਿ ਰਹੇ ਨੇ ਜਾਂ ਫਿਰ ਕਹਿ ਲਓ ਜਿਹੜੇ ਨੋਨ ਇਫੈਕਟਿਡ ਦੇ ਵਿੱਚ ਨਹੀਂ ਆ ਰਹੇ ਉਹ ਕਿਸੇ ਇਹ ਜਿਹੜੀ ਨਾਨ ਇਫੈਕਟਿਡ ਦੀ ਗੱਲ ਹੈ ਜਾਂ ਸੀਐਮਏ ਕਿੱਥੋਂ ਉੱઠી ਹੈ ਕਿੱਥੋਂ ਲਗਾਈ ਗਈ ਹੈ ਤਾਂ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਈਟੀਟੀ 23 ਚੋਂ ਪਰਤੇ ਨੂੰ ਲਗਭਗ 3 ਤੋਂ 4 ਸਾਲ ਹੋ ਗਏ ਠੀਕ ਹੈ ਉਹ ਹੁਣ ਤੱਕ ਜਿਹੜੀ ਹੈ ਪਰਤੇ ਪੂਰੀ ਨਹੀਂ ਹੋਈ ਹੈਗੀ ਉਸ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਅਜੇ ਵੀ ਨੇ ਜਿਹੜੇ ਸਿਰਫ ਔਰ ਸਿਰਫ ਈਟੀਟੀ ਵਾਲੇ ਸੀ ਜੋ ਕਿ ਪ੍ਰੋਪਰ ਐਲੀਜੀਬਿਲਟੀ ਰੱਖਦੇ ਸੀ ਈਟੀਟੀ 23 ਚੇਨ ਦੇ ਵਿੱਚ ਜੁਆਇਨ ਹੋਣ ਦੀ ਲੇਕਿਨ ਫੇਰ ਵੀ ਉਹਨਾਂ ਨੂੰ ਜਿਹੜੇ ਬਾਕੀ ਕੈਂਡੀਡੇਟਸ ਨੇ ਜੋ ਕਿ ਐਲੀਜੀਬਲ ਨਹੀਂ ਹੈਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਨਾਲ-ਨਾਲ ਕਹਿ ਲਓ ਵੀ ਤੁਸੀਂ ਉਹ ਵੀ ਨਿਰਾਸ਼ ਹੋ ਰਹੇ ਨੇ ਉਹਨਾਂ ਜਿਵੇਂ 23 ਚੌੜ ਪਰਤੀ ਇੰਨੇ ਸਾਲ ਰੁਲਦੀ ਰਹੀ ਹੈ ਤਾਂ ਉਹਨਾਂ ਹਾਂ ਚਾਂ ਨੂੰ ਜਿਹੜੇ ਕੈਡਰ ਨੇ ਠੀਕ ਹੈ ਉਹਨਾਂ ਵੱਲੋਂ ਸੀਐਮ ਲਗਾਈ ਗਈ ਸੀ ਕਿ ਘੱਟੋ ਘੱਟ ਜਿਹੜੇ ਪ੍ਰੋਪਰ ਐਲੀਜੀਬਲ ਰੱਖ ਰਹੇ ਨੇ ਜਿਨ੍ਹਾਂ ਨੂੰ ਪੇਪਰ ਏ ਪੇਪਰ ਜਿਹੜਾ ਏ ਆ ਉਹ ਕੈਨਸਲ ਹੋਵੇ ਨਾ ਹੋਵੇ ਦੋਨਾਂ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਘੱਟੋ ਘੱਟ ਉਹ ਜੁਆਇਨ ਕਰ ਜਾਣ ਠੀਕ ਹੈ ਤਾਂ ਇਹ ਮਸਲਾ ਕਿਸ ਤਰੀਕੇ ਨਾਲ ਸੌਟ ਆਊਟ ਹੁੰਦਾ ਹੈ ਜੇਕਰ ਡਿਪਾਰਟਮੈਂਟ ਜਿਵੇਂ ਤੁਹਾਨੂੰ ਪਤਾ ਹੈ ਕਿ ਈਜੀ ਸਾਹਿਬ ਨੂੰ ਕਿਹਾ ਹੋਇਆ ਹੈ ਕਿ ਹਾਂ ਜਾ ਕੇ ਉੱਥੇ ਮਾਨਯੋਗ ਹਾਈ ਕੋਰਟ ਦੇ ਵਿੱਚ ਗੱਲ ਕਰਨ ਆਪਦਾ ਤਰੀਕੇ ਨਾਲ ਜਿਹੜਾ ਪੱਖ ਰੱਖਣ ਤਾਂ ਹੋ ਸਕਦਾ ਹੈ ਕਿ ਜਿਹੜੀ ਇਹ ਭਰਤੀ ਆ ਉਹ ਸੌਟ ਆਊਟ ਹੋ ਜੇ ਜਲਦੀ ਹੀ ਜਿਹੜੀ ਭਰਤੀ ਹੈ ਕੋਰਟ ਦੇ ਇਹ ਵੀ ਸਿਰਫ ਏਜੀ ਸਾਹਿਬ ਦੇ ਜਾਣ ਦੇ ਨਾਲ ਨਾਲ ਹੀ ਪ੍ਰਤੀਬਾਹar ਆ ਜੇਗੀ ਤਾਂ ਇੱਕ ਕਹਿ ਲੋ ਵੀ ਗਲਤ ਫਹਮੀ ਹੈ ਕਿਉਂਕਿ ਦੇਖੋ ਏਜੀ ਸਾਹਿਬ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਕਿ ਜਾ ਕੇ ਉਹ ਗਏ ਤੇ ਨਾਲ ਦੀ ਨਾਲ ਹਾਈ ਕੋਰਟ ਦੇ ਵਿੱਚੋਂ ਪ੍ਰਤੀਬਾਹar ਆ ਗਏ ਨੋ ਮੇਨ ਗੱਲ ਹੈ ਤਰੀਕੇ ਨਾਲ ਡਿਫੈਂਡ ਕਰਨ ਦੀ ਮੈਂ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਦੋ ਰੂਲਸ ਦੱਸੇ ਸੀ ਕਿ ਜੇਕਰ ਇਹ ਦੋ ਰੂਲਸ ਨੂੰ ਲੈ ਕੇ ਪੈਰ ਵੀ ਕੀਤੀ ਜਾਵੇ ਮੁੱਖ ਤੌਰ ਤੇ ਰੱਖਦੇ ਹੋਏ ਦੋਨੋਂ ਰੂਲਸ ਨੂੰ ਡਿਫੈਂਡ ਕੀਤਾ ਜਾਵੇ ਤਾਂ ਇਹ ਭਰਤੀ ਬਹੁਤ ਜਲਦ ਬਾਹਰ ਆ ਸਕਦੀ ਹੈ ਕੋਰਟ ਦੇ ਵਿੱਚੋਂ ਸਟੇ ਬ੍ਰੇਕ ਹੋ ਸਕਦੀ ਹੈ ਇੱਕ ਤਰੀਕੇ ਨਾਲ ਕਹਿ ਲਓ ਵੀ ਨਾਨ ਇਫੈਕਟਡ ਕੈਂਡੀਡੇਟਸ ਜਿਹੜਨੇ ਉਹ ਸਕੂਲਾਂ ਦੇ ਵਿੱਚ ਜਿਹੜਨੇ ਜੁਆਇਨ ਕਰ ਪਾਣਗੇ ਠੀਕ ਹੈ ਤਾਂ ਕੋਸ਼ਿਸ਼ ਤਾਂ ਹੀ ਹੈ ਦੇਖੋ 4 April ਨੂੰ ਆਉਣ ਵਾਲਾ ਜਿਹੜਾ ਫੈਸਲਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਏਗਾ ਜਿਹੜੀ ਸੀਐਮ ਲਗਾਈ ਗਈ ਸੀ ਨੋਨ ਇਫੈਕਟਡ ਨੂੰ ਲੈ ਕੇ ਉਸ ਦੇ ਵਿੱਚ ਵੀ ਆਰਡਰ ਦੇ ਵਿੱਚ ਇਹੀ ਰੱਖਿਆ ਗਿਆ ਸੀ ਇਹੀ ਗੱਲ ਜਿਹੜੀ ਆ ਦੇਖਣ ਨੂੰ ਮਿਲੀ ਹੈ ਇਹੀ ਜਜਮੈਂਟ ਆਈ ਹੈ ਕਿ ਜਿਹੜਾ ਮਾਨਯੋਗ ਹਾਈ ਕੋਰਟ ਹੈ ਉਹਨਾਂ ਵੱਲੋਂ ਇਹੀ ਡਿਸੀਜਨ ਆਇਆ ਹੈ ਕਿ ਜਿਹੜੇ ਨੋਨ ਇਫੈਕਟਡ ਕੈਂਡੀਡੇਟਸ ਨੇ ਆਪਣਾ ਪੱਖ ਜ਼ਰੂਰ ਰੱਖ ਸਕਦੇ ਨੇ ਹਾਈ ਕੋਰਟ ਦੇ ਵਿੱਚ ਲੇਕਿਨ ਉਹ ਪ੍ਰਾਇੋਰਟੀ ਤੇ ਨਹੀਂ ਹੈਗੇ ਠੀਕ ਹੈ ਗੱਲ ਹੈ ਮੇਨ ਫੈਸਲੇ ਦੀ ਜੇਕਰ ਕਹ ਲਓ ਵੀ ਇਸ 4 April ਹੱਕ ਦੇ ਵਿੱਚ ਫੈਸਲਾ ਆਉਂਦਾ ਤਾਂ ਬਹੁਤ ਚੰਗੀ ਗੱਲ ਹੈ ਜੇਕਰ ਨਹੀਂ ਆਉਂਦਾ ਤਾਂ ਘੱਟੋ ਘੱਟ ਜਿਹੜੇ ਕੈਂਡੀਡੇਟਸ ਨਾਲ ਨਾਲ ਕਹਿ ਲੋ ਵੀ ਸਟਰਗਲ ਕਰ ਰਹੇ ਨੇ ਇਸ ਭਰਤੀ ਦੇ ਵਿੱਚ ਜੋ ਕਿ ਬਿਲਕੁਲ एलिजिਬਲ ਵੀ ਨਹੀਂ ਤਾਂ ਉਹਨਾਂ ਨੂੰ ਘੱਟੋ ਘੱਟ ਜਿਹੜਾ ਜੁਆਇਨ ਕਰਾਇਆ ਜਾਵੇ ਤਾਂ ਬਹੁਤ ਹੀ ਸਹੀ ਗੱਲ ਹੋਏਗੀ ਜੇਕਰ ਉਹ ਜੁਆਇਨ ਕਰ ਲੈਣ ਕਿਉਂਕਿ ਦੇਖੋ ਇੱਕ ਤਰੀਕੇ ਨਾਲ ਐਨੀ ਗੱਲ ਸਮਝ ਆ ਜਾਏਗੀ ਸਾਰਿਆਂ ਨੂੰ ਕਿ ਘੱਟੋ ਘੱਟ ਭਰਤੀ ਦਾ ਜਿਹੜਾ ਪ੍ਰੋਸੈਸ ਆ ਉਹ ਚੱਲੇਗਾ ਹਨਾ ਬਹੁਤ ਸਮੇਂ ਤੋਂ ਜਿਹੜੀ ਇਹ ਭਰਤੀ ਉਹ ਰੁਕੀ ਹੋਈ ਹੈ ਇਸ ਭਰਤੀ ਨੂੰ ਲੈ ਕੇ ਡਿਪਾਰਟਮੈਂਟ ਦੀ ਸਰਕਾਰ ਦੀ ਜੋ ਵੀ ਕਾਰਗੁਜ਼ਾਰੀ ਆ ਉਹ ਸਭ ਤੋਂ ਤੁਸੀਂ ਜਾਣੂ ਹੋ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਜਿਹੜੀ ਤੁਹਾਡੇ ਤੋਂ ਛੁਪੀ ਹੋਈ ਹੈ ਤਾਂ ਮੇਨ ਗੱਲ ਹੈ ਇਕਤਾ ਬਣਾਈ ਰੱਖੋ ਆਪਸ ਦੇ ਵਿੱਚ ਲੜਨ ਦੀ بجائے ਕਿ ਨਾਨ ਇਫੈਕਟਿਡ ਇਫੈਕਟਿਡ ਦਾ ਮੁੱਦਾ ਉਠਾਉਣ ਦੀ بجائے ਸਿਰਫ ਔਰ ਸਿਰਫ ਭਰਤੀ ਨੂੰ ਜਿਹੜਾ ਬਹਾਲ ਕਰਾ ਦਿੱਤਾ ਜਾਵੇ ਉਹੀ ਬਹੁਤ ਵੱਡੀ ਗੱਲ ਹੈ ਲਾਸਟ ਆਪਾਂ ਗੱਲ ਕਰ ਲਈਏ ਕੱਟਆਫ ਕਿੱਥੇ ਤੱਕ ਜਾ ਸਕਦੀ ਹੈ ਤਾਂ ਦੇਖੋ ਜੇਕਰ 4 ਅਪ੍ਰੈਲ ਨੂੰ ਸਿਰਫ ਨਾਨ ਇਫੈਕਟਿਡ ਦੀ ਗੱਲ ਦੀ ਜਿਹੜੀ ਹੈ ਹਾਮੀ ਭਰੀ ਜਾਂਦੀ ਹੈ ਯਾਨੀ ਕਿ ਜੇਕਰ ਨਾਨ ਇਫੈਕਟਿਡ ਕੈਂਡੀਡੇਟਸ ਨੂੰ ਜੋਇਨਿੰ ਡਿਪਾਰਟਮੈਂਟ ਕਰੇਗਾ ਜਿਸ ਦੇ ਵਿੱਚ ਡਿਪਾਰਟਮੈਂਟ ਪ੍ਰੋਪਰ ਸਿਰਫ ਔਰ ਸਿਰਫ ਨਾਨ ਇਫੈਕਟਡ ਕੈਂਡੀਡੇਟਸ ਨੂੰ ਹੀ ਇਨਕਲੂਡ ਕਰਕੇ ਕੱਟਆਫ ਤਿਆਰ ਕਰੇਗਾ ਠੀਕ ਹੈ ਮੇਨ ਗੱਲ ਹੈ ਪਰਮਿਸ਼ਨ ਦੀ ਜੇਕਰ ਪਰਮਿਸ਼ਨ ਮਿਲਦੀ ਹੈ ਨਾਨ ਇਫੈਕਟਡ ਨੂੰ ਤਾਂ ਚੰਗੀ ਗੱਲ ਹੋਏਗੀ ਲਗਭਗ 14000 ਪਲੱਸ ਕੈਂਡੀਡੇਟਸ ਨੇ ਜੀ ਜਿਨ੍ਹਾਂ ਦਾ ਇਹ ਪੇਪਰ A ਤੇ ਪੇਪਰ B ਬਹੁਤ ਵਧੀਆ ਮਾਰਕਸ ਨਾਲ ਕੁਆਲੀਫਾਈ ਹੈ ਠੀਕ ਹੈ ਚੰਗੀ ਤਰ੍ਹਾਂ ਜੇਕਰ ਪੈਰ ਵੀ ਹੁੰਦੀ ਹੈ ਤਾਂ ਕੇਸ ਜਿਹੜਾ ਜਲਦੀ ਸੌਟ ਆਊਟ ਹੋ ਜਾਏਗਾ ਬਾਕੀ ਗੱਲ ਰਹੀ ਜੀ ਜੁਆਇਨਿੰਗ ਦੀ ਕੋਡ ਆਫ ਕੰਡਕਟ ਦੇ ਵਿੱਚ ਹੋ ਸਕਦੀ ਹੈ ਜਾਂ ਨਹੀਂ ਤਾਂ ਬਿਲਕੁਲ ਹੋ ਸਕਦੀ ਹੈ ਜੇਕਰ ਡਿਪਾਰਟਮੈਂਟ ਵਕੀਲ ਸਰਕਾਰ ਇੱਕੋ ਮੰਗ ਰੱਖਣ ਕਿ ਹਾਂ ਪਰ ਤੈਨੂੰ ਪੂਰਾ ਕਰਨ ਦੇ ਲਈ ਜੇਕਰ ਤਿੰਨਾਂ ਵੱਲੋਂ ਇੱਕੋ ਪ੍ਰਜ਼ੋਰ ਮੰਗ ਕੀਤੀ ਜਾਵੇ ਕਿ ਹਾਂ ਅਸੀਂ ਪਰਤੀ ਕੰਪਲੀਟ ਕਰਨੀ ਹੈ ਘੱਟੋ ਘੱਟ ਨੌਨ ਇਫੈਕਟਡ ਨੂੰ ਹੀ ਜੁਆਇਨ ਕਰਾਣਾ ਹੈ ਤਾਂ ਜਿਹੜੀ ਇਹ ਕੋਡ ਆਫ ਕੰਡਕ ਬਿਲਕੁਲ ਹੋ ਸਕਦੀ ਹੈ ਠੀਕ ਹੈ ਜੀ ਤਾਂ ਆਉਣ ਵਾਲੀ 4 ਅਪ੍ਰੈਲ ਜਿਹੜੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਹੋ ਸਕਦਾ ਹੈ ਕਿ ਜਿੰਨੀਆਂ ਵੀ ਸੀਐਮ ਲਗਾਈਆਂ ਗਈਆਂ ਸੀ ਜਿਵੇਂ ਤੁਹਾਨੂੰ ਪਤਾ ਹੈ ਕਿ ਉਹ ਸਾਰੀਆਂ ਡਿਸਮਿਸ ਕੀਤੀਆਂ ਗਈਆਂ ਨੇ ਤਾਂ ਹੋ ਸਕਦਾ ਹੈ ਕਿ 4 ਅਪ੍ਰੈਲ ਨੂੰ ਜਿਹੜਾ ਪ੍ਰੋਪਰ ਫੈਸਲਾ ਦੇਖਣ ਨੂੰ ਮਿਲ ਜੇ ਕਲੀਅਰ ਹੈ ਜੋ ਕਿ 8899 ਦੇ ਲਈ ਪੋਜ਼ਿਟਿਵ ਵੀ ਹੋ ਸਕਦਾ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਕਿ ਨੌਨ ਇਫੈਕਟਿਡ ਕੈਂਡੀਡੇਟਸ ਨੂੰ ਸਿਰਫ ਜੁਆਇਨਿੰਗ ਕਰਾ ਦੇਣੀ ਚਾਹੀਦੀ ਹੈ ਜਾਂ ਨਹੀਂ ਹਾਲ ਦੀ ਘੜੀ ਦੇ ਵਿੱਚ ਤਾਂ ਇਹਦੇ ਰਿਗਾਰਡਿੰਗ ਜਿਹੜੇ ਆਪਣੇ ਵਿਚਾਰ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਠੀਕ ਹੈ ਬਾਕੀ ਜੇਕਰ ਤੁਹਾਡਾ ਕੋਈ ਕੁਐਸਚਨ ਜਾਂ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟਾਈਮ ਜਿਹੜੇ ਨੇ ਮਿਲਦੇ ਰਹਿਣ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਜਿਹੜਾ ਲਿੰਕ ਹੈ ਤੁਹਾਨੂੰ ਡਿਸਕ੍ਰ ਉਮੀਦ ਕਰਦੇ ਹਾਂ ਕਿ ਜਲਦੀ ਜਿਹੜਾ 4 ਅਪ੍ਰੈਲ ਨੂੰ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਫੈਸਲਾ ਹੋਵੇ 89 ਚਾਨੂੰ ਦੇ ਹੱਕ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲੇ ਵੀਡੀਓ ਨੂੰ ਵੱਤ ਵਾਤ ਲਾਈਕ ਸ਼ੇਅਰ ਜਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ